इसमिलहमानी रहीम असलम नाजरीन उम्मीद करना कि सारे भैन भ्रा ठीक ठाक उस सोलह निफसो अब मानी चोसो जी अज अस मौजूद हाँ इतने एक इंतहाई अफसोसनाक वाक्य राति रोनमा इत हो जिसके काफी सारे भैन भ्राओं के पता सेन है कि असं इस टाइम खैर सारे दिन कि मौजूद हैं सन सन बिल्कुल करीब इलाका है अजियाबाद और अजियाबाद थी योड़ जानी डडयाल और छोच की मिलानी उस जगह पर मौजूद हाथ गुजरी गई इस राति इत डा पिया और डाकवा तो सकने हो कि इत पत्थर वगैरह लाई रोड़ इतने बंद कितने और उसके बाद अचने तमाम जे मुसाफिर से चाहे वह गड्डिया मोटरसाइकिल जो भी से, से उन्हें सारे खिलाई देते उन्होंने लुटिया ने और तीडियो बि तीने कि एक इलाका जंगल मुकमल इसने नजदीक तरीन कोई अबादी नहीं है और डाकवान ने इंत भी इस ततना जबरदस्त इंतख स के सामने जो एक मोड़ है ਉਹ ਉਹ ਵੀ ਜਿਹੜਾ ਨਾ ਜਿਹੜਾ ਗੱਡੀ ਮੁੜੀ ਸੀ ਉਸ ਦੀ ਬਾਅਦ ਉਸ ਕੋਲ ਚਾਰਾ ਨਹੀਂ ਹੋ ਲਗਾ ਔਰ ਉਸ ਤੇ ਇਲਾਵਾ ਇਹ ਜਿਹੜੀ ਸਾਈਡ ਇਸ ਸਾਈਡ ਪਰ ਜਿਹੜੀ ਰੋਡ ਅਛਨੀ ਹੈ ਅਗਰ ਕੈਮਰਾ ਮੈਨ ਸਭ ਸੋ ਕੀ ਦੱਸੀ ਸਕੂੰ ਇਧਰੋਂ ਵੀ ਇਹ ਗੱਲ ਹੈ ਕਿ ਬੰਦਾ ਦੂਰ ਥੀ ਨਹੀਂ ਤੱਕੀ ਸਕਣਾ ਕਿ ਇੱਥੇ ਜਨਾਬ ਕੁਝ ਹੋਈ ਰਿਹਾ ਔਰ ਡਾਕਵਾ ਨਾ ਇੰਤਖਾਬ ਇੱਥੇ ਕਿਸ ਤਰ੍ਹਾਂ ਹੋਇਆ ਡਾਕੂ ਇੱਥੇ ਕਿਸ ਤਰ੍ਹਾਂ ਆਏ ਔਰ ਇਸ ਤੇ ਇਲਾਵਾ ਸੋ ਕੀ ਇਹ ਵੀ ਦੱਸਾਂ ਕਿ ਜਿਹੜੇ ਡਾਕੂ ਏ ਇਹ ਰਾਤੀ ਫਿਰ ਪੋੜੇ ਵੀ ਗਏ ਜਿਲਾ ਇਹ ਇਥੋਂ ਇੱਕ ਗੱਡੀ ਵੀ ਕਿੰਦਾ ਨਠੇ और उस गड्डी की कितने जलाए पहुंचे सरसावा चौकी पर उतर बकायदा तौर पर अगर लगावसा नाका लगावसा चुके खबर उ जब पहुंच गई सी उ फिर वगैरह कंसटेबल से जो कोई इसकी गिरफ्तारी मेन वजह बनती है चूँकि डाकू से पाकिस्तान कोटे ने और चुके इतने रास्ते ने वाकिफ नहीं से जिला वो न्ठे एक लिंक रोड पर बड़े जिला लिंक रोड पर बड़े तो लिंक रोड जो अद्धा किलोमीटर जाने थी बात आ, के बाद लिंक रोड खत्म हो गई सी इस असं कोल ਇਸਾ ਮੌਕੇ ਪਰ ਇੱਕ ਪਈਓ ਰਾਸੇ ਲੱਭੀਏ ਜਿਨ੍ਹਾਂ ਨਾਲ ਇਹ ਵਾਕਿਆ ਅੱਜ ਰਾਤੀ ਥਾ ਰੋਮਾ ਹੋਇਆ ਅਸਲਾਮੁਅਲਿਕਮ ਵਾਅਲ ਸਲਾਮ ਜਨਾਬ ਕਹਲਾ ਠੀਕ ਜੀ ਅਲਹਮਦੁਲਿਲਾਹ ਖਰੀ ਜਨਾਬ ਸੁਣ ਕਾ ਨਾ ਇਹ ਮੜਾ ਨਾ ਮਾਲ ਕਰਬਾਣਾ ਜਨਾਬ ਰਾਤੀ ਤਕਰੀਬਨੋ ਇਸ਼ਾ ਨੀ ਨਮਾਜ਼ ਮੇ ਬੜਲੀ ਮਸਜਿਦੀ ਪੜੀ ਠੀਕ ਹੈ ਤੇ ਮੁੜੀ ਆਇਆ ਜਿਸਲਾ ਇਸ ਜਗ੍ਹਾ ਤਾ ਇਧਰ ਥਾ ਗੱਡੀਆਂ ਖਲਤੀਆਂ ਤੇ ਥਾ ਬੱਟੇ ਲਗੇ ਹੋਏ ਜਨਾਲ ਤਰਾ ਬੰਦੇ ਦੋਹਾਂ ਕੋਲ ਪਿਸਟਲ ਸੇ ਇੱਕ ਚੋਲਾਇ ਲਪੜਿਆ ਮਾਲ ਜਿਹੜਾ ਉਸਨੇ ਵਿੱਚ ਬਣਾ ਸਾ ਹੋਰ ਸਭ ਬੰਦਾ ਮੜੇ ਨਾਲ ਉਹ ਇੱਥੇ ਮੋਟਰਸਾਈਕਲ ਖਲਾਇਆ ਤੇ ਚਾਬੀਆਂ ਕੱਢੀ ਗਿੰਦੀਆਂ ਨੇ ਤਾਂ ਅਸਾਂ ਕਿ ਇਸ ਨਾਲੀ ਜਿੱਥਾ ਬਾਲੀ ਉੜਿਆ ੜੇ ਤੁਸੀਂ ਮੋਟਰਸਾਈਕਲਾਂ ਪਰਸੋ ਕ ਮੋਟਰਸਾਈਕਲਾਂ ਪਰਸੋ ਮੈਂ ਬਹਰਾਲ ਜਿਤਨੀਆਂ ਵੀ ਗੱਡੀਆਂ ਆਈਆਂ ਨਾ ਸਭਨੀਆਂ ਚਾਬੀਆਂ ਔਰ ਬੀਵੀਆਂ ਸੀਆਂ ਦੋ ਫੈਮਿਲੀ ਵਾਲੀਆਂ ਗੱਡੀਆਂ ਸੀਆਂ ਇੱਕ ਵਿਗੋ ਸੀ ਇੱਕ ਕਾਰ ਸੀ ਉਹਨਾਂ ਨੇ ਜਨਾਬ ਲਈ ਲੁੱਟਮਾਰ ਕੀਤੀ ਨੇ ਮਤਲਬਾ ਅੱਧਾ ਪੌਣਾ ਘੰਟਾ ਇੱਥੇ ਜੜਾ ਨਾ ਨੋ ਵਾਕਿਆ ਹੈ ਕੀਤਾ ਉਸ ਤੋਂ ਬਾਅਦ ਇੱਕ ਬੰਦੇ ਪੁਲਿਸ ਕੀ ਫਿਰ ਫੋਨ ਕੀਤਾ ਗੁਰੇ ਮੋਬਾਈਲ ਉਸਰਮ ਬਚੀ ਗਿਆ ਤਾਂ ਪੁਲਿਸ ਫਿਰ ਆਈ ਕੋ ਦੋ ਬੰਦੇ ਤਾਂ ਮੋੜੀ ਨਾਕਾਸ਼ਾ ਕਰ ਲਾਇਆ ਰਿੰਦਾ ਇਹ ਮੈਂ ਵੀ ਹੁਣ ਸੁਣਿਆ ਕਿ ਸਰਸਾ ਵੇ ਲਪੜੂ ਨੋਏ ਜੀ ਜੀ ਬੰਦੇ ਬਗਲ ਪੜਨਗੇ ਅੱਛਾ ਇਹ ਗੱਲ ਦੱਸੋ ਕਿ ਜਿਹੜੇ ਬੰਦੇ ਸੇ ਇਹਨਾਂ ਕੋਈ ਆਪਣੇ ਮਾਸਕ ਵਾਲਾ ਲਾਈਵ ਸੇ ਜਾਂ ਪਰਨੇ ਨਾਲ ਮੂੰਹ ਲੇਟੇਸ ਨੇ ਦੋ ਗੋਲ ਪਿਸਟਲ ਸਾਥ ਆ ਇਸਨੇ ਕੋਨਾ ਸੋਟੀ ਜੀ ਸੀ ਤਾਂ ਚੋਲਾ ਜਿਹਾ ਲਪੜਿਆ ਸਾਥ ਜਿਹੜਾ ਮਾਲ ਲੁੱਟਣੋ ਸਾ ਉਸਨੇ ਵਿੱਚ ਬੋਣਾ ਸਾ ਇਸ ਤਰ੍ਹਾਂ ਵਰਦਾਤ ਕਰਨ ਸੋ ਔਰ ਲੈਟੋ ਬੰਦ ਕਰੇ ਚਾਬੀਆਂ ਚਾਹੀਦੀਆਂ ਸਾਰੇ ਮੋਟਰਸਾਈਕਲਾਂ ਦੀਆਂ ਚਾਬੀਆਂ ਉਹਨਾਂ ਕਿਨਿੰਗੇ ਮਾੜੇ ਮੋਟਰਸਾਈਕਲਾਂ ਚਾਬੀ ਕਿਨਿੰਗੇ ਮੈਂ ਰਾਤੀ ਡਰੈਗ ਕਰੇ ਖੜਿਆ ਹੋ ਰਿਹਾ ਬੰਦੇ ਇੱਕ ਗੱਡੀ ਦੀ ਚਾਬੀ ਕਿਨਿੰਗੇ ਉਹਨਾਂ ਵੀ ਗੱਡੀ ਡਰੈਗ ਕਰੇ ਤਾਂ ਖੜੀ ਬਰਦਾਤ ਹੋਈ ਅੱਛਾ ਤੁਸੀਂ ਨੇ ਕਿਤਨੇ ਆੱਕ ਪੈਸੇ ਤਕਰੀਬਨ ਤੁਸੀਂ ਕੋਲ ਲੁੱਟੇ ਮਾੜੇ ਕੋਲ ਤਕਰੀਬਨ 10 ਤੋਂ 12 ਹਜ਼ਾਰ ਰੁਪਿਆ ਸਾ ਆਤਾ ਹੈ ਕੋ ਦੋ ਤਸਵੀਆਂ ਸੀ ਇਸ ਗੋਜੇ ਚ ਉਹਨਾਂ ਮਾਰੀ ਤੱਕੜ ਜਾਂਦਾ ਮੋੜੀ ਮੋੜਸਾਈਕਲਾਂ ਚਾਬੀ ਇਹ ਗੱਡੀ ਖੜੀ ਨੇ ਮਾੜੀ ਬੱਧਰੀ ਇਕੋ ਲੂ ਤਾਂ ਸੇਰਾ ਕੋਲੋਂ ਮੋਬਾਈਲ ਦੋ ਕਿੰਦੇ ਨੇ ਜਿਹੜਾ ਜਵਾਈ ਆ ਉਸਨੇ ਕੋਲ ਮੋਬਾਈਲ ਸਾ ਉਹ ਇਧਰ ਉਹ ਅਸ਼ਨ ਸਾਹ ਬੰਦੇ ਚਾਣੇ ਮਾਰਿਓ ਤੇ ਯਾ ਮੜਾ ਅਸ਼ਨ ਸਾਹ ਪਿਆਦੂ ਉਸਕੀ ਤਾਂ ਉਸਨੇ ਕੋਲ ਮੋਬਾਈਲ ਟੈਜ ਤਸ਼ਨਾਤੀ ਕਾਰਡ ਉਸਨੂੰ ਕਿਨਿੰਗੇ ਠੀਕ ਹੈ ਤਾਂ ਹੁਣ ਤੁਸੀਂ ਕਾ ਕਰਸੋ ਇਸ ਤੋਂ ਪਹਿਲੇ ਵੀ ਮਾੜੇ ਨਾਲ ਹੂਸਪਾਰੇ ਮੋੜਾ ਚ ਵਰਦਾਤ ਹੋਈ ਇਹ ਮੋੜ ਤੁਸੀਂ ਸੋਚਦਾ ਖਤਰਨਾਕ ਇਹ ਹੈਲੀ ਇਸ ਤੋਂ ਪਹਿਲੇ ਵੀ ਉਸਲਾ ਵੀ 53000 ਰੁਪਏ ਮੜਾ ਕਢਿਆ ਸਾਬ ਅੱਛਾ ਇੱਕ ਗੱਲ ਦਸੋ ਕਿ ਤੁਸੀਂ ਕਿ ਜਿਹੜੇ ਪਹਿਲੇ ਪੈਸੇ ਤੁਸੀਂ ਨੇ ਲੁੱਟੂ ਨੋਇਸ ਉਸ ਤੋਂ ਵਾਪਸ ਲੱਭੇ ਕੋਈ ਨਹੀਂ ਕੋਈ ਨਹੀਂ ਲੱਭੇ ਹੁਣ ਤੁਸੀਂ ਕਹਨੇ ਹੁਣ ਜਿਹੜਾ ਚੋਰ ਤਾਂ ਪੋੜਨ ਕੇ ਕਹਨੇ ਪੈਸੇ ਦੀ ਉਮੀਦ ਹੈ ਉਮੀਦ ਹੈ ਕਿ ਮਿਲਨੇ ਚਾਹੀਨੇ ਇੰਤਜ਼ਾਮੀਆਂ ਕੇ ਇਹ ਬਰਮਦਾਦੀ ਕਰਨੀ ਚਾਹੀਦੀ ਹੈ ਪੀਰ ਸਾਹਿਬ ਵੀ ਮੌਜੂਦ ਹੈ ਖਾਵਰ ਸਾਹਿਬ ਮੌਜੂਦ ਹੈ ਉਹ ਵੀ ਚੁਕੇ ਥਾ ਉਹਨਾਂ ਨੇ ਕਾਰ ਵੀ ਨਜ਼ਦੀਕ ਹੈ ਉਹਨਾਂ ਨੇ ਵੀ ਇਸ ਹਵਾਲੇ ਨਾਲ ਰਾਏ ਜ਼ਰੂਰ ਕਿਨਸਾਂ ਅਸਲਾਮੁਅਲੈਕਮ ਵੀਰ ਸਾਹਿਬ ਵਸਲਾਮ ਬਿਸਮਿਲਲਾਹ ਜਨਾਬ ਕੀ ਹਾਲ ਹੈ ਕੀ ਤਾ ਠੀਕ ਠਾਕ ਜੀ ਪਹਿਲੇ ਮੈਸ ਨੂੰ ਸ਼ਿਕਾਇਤ ਦਾ ਕਰਨਾ ਚਾਹੁੰਦਾ ਇਸ ਗੱਲ ਆ ਕਿ ਜਾਣੇ ਪਿਓ ਇਹ ਬੜੀ ਜਿਹੜਾ ਨਾ ਤਾਂ ਕੋਈ ਰੋਡ ਬੜੀ ਮੈਂ ਨਹੀਂ ਸਕਬ ਜੀ ਇਹਦੇ ਸਾਰੇ ਏਰੀਆ ਰਹਿਣੇ ਇਥੋਂ 8 ਸਬਾਦ ਬਾਅਦ ਕੋਈ ਸਕੋਟ ਨਹੀਂ ਥਾ ਕੋਈ ਚੈੱਕ ਪੋਸਟ ਵੀ ਗਈ ਹੈ ਉਥੇ ਤੱਕ ਨਾਕਾ ਹੈ ਵਾਰਲੇ ਇੰਤਜ਼ਾਮ ਯਕੀਸ ਵਾਰ ਹੈ ਜੋ ਕੁਝ ਕਰਨਾ ਚਾਹੀਦਾ ਅਸੀਂ ਤਾਫੁਜ਼ ਦੇਣਾ ਚਾਹੀਦਾ ਉਹ ਰਾਤੀ ਜਿਸ ਬੰਦੇ ਪਹਿਲੇ ਇੰਟਰਵਿਊ ਦਿੱਤਾ ਇਹ ਦੋ ਹੀ ਦਫਾ ਲੁੱਟਣ ਆਇਆ ਇਸ ਜਗ੍ਹਾ ਪਰ ਅੱਛਾ ਇਹ ਤਕਰੀਬਨ 5-6 ਸਾਲ ਪਹਿਲੇ ਦੀ ਸੀ ਜਾਬ ਡੇ ਕੀਤੀ ਹੋਈ ਤਾਂ ਇਹਨਾਂ ਕੋਲੋਂ ਕਾਫੀ ਸਾਰੀਆਂ ਚੀਜ਼ਾਂ ਪੈਸੇ 50000 ਲੱਖ ਰੁਪਇਆ ਸਾ ਗਿਆ ਤਾਂ ਅੱਜ ਰਾਤੀ ਫਿਰੇ ਆਈ ਗਿਆ ਤਾਂ ਬਾਕੀ ਜਾਵੇਦ ਸਾਹਿਬ ਜੋ ਕਿ ਫਿਜ਼ਰ ਸਾਹਿਬ ਨੂੰ ਅੱਛੀ ਆਪਣੀ ਡਿਊਟੀ ਅੰਜਾਮ ਦੇਣੇ ਪੇ ਠੀਕ ਉਹਨਾਂ ਬਕਦਾ ਇਹਨਾਂ ਫੇਰੀ ਹਿਰੀ ਨੇ ਕਿਵੀ ਵਰਨਿੰਗ ਵੀ ਦਿੱਤੀ ਮਾਣੇ ਵੀ ਕਿਤਾਬ ਮਰਸਮ ਨੇ ਇਹ ਇੰਤਜ਼ਾਮਯਾ ਗੱਗਾਸ਼ਨਾ ਪੀਸੀਡੀ ਪੁਲਿਸ ਕੀ ਤਫਰ ਜੇ ਦੇ ਰੋਕ ਥਮ ਹੋ ਸਕਨੀ ਨੀਦਾ ਮੁਸ਼ਕਲ ਆ ਜੀ ਆ ਜੀ ਨਾਜ਼ਰੀਨ ਜਿਸਾ ਕਿ ਅਸਾਂ ਸਵੇਰਾ ਪਹਿਲੇ ਥਾ ਵੀਡੀਓ ਬਣਾਈ ਫਿਰ ਮੁੜੀ ਅਸਾਂ ਥਾਣੇ ਵਿੱਚ ਗਏ ਆਂ ਔਰ ਥਾਣੇ ਵਿੱਚ ਜਾਣੀ ਦੀ ਬਾਤ ਪਤਾ ਲਗਾ ਕੇ 2 ਵਜੇ ਪ੍ਰੈਸ ਕਾਨਫਰੰਸ ਕੀਆ ਫਿਰ ਪ੍ਰੈਸ ਕਾਨਫਰੰਸ ਨਾ ਅਸਾਂ ਇੰਤਜ਼ਾਰ ਕਰਤਾ ਲੇਕਿਨ ਇਸ ਤੋਂ ਪਹਿਲੇ ਅਸਾਂ ਐਸਚਓ ਜਿਹੜੇ ਤਾ تحصیل ਸੰਸਰ ਨੇ ਸੰਸਰ ਜਿਹੜੇ ਐਸਚਓ ਸਾਹਿਬ ਇਹਨਾਂ ਨਾਲ ਰਾਬਤਾ ਕੀਤਾ ਤਾਂ ਉਹਨਾਂ ਨਾਲ ਅਸਾਂ ਬਿਹਤ ਸ਼ੁਕਰੀਆ ਅਦਾ ਕਰਨੇ ਆਂ ਕਿ ਉਹਨਾਂ ਅਸਾਂ ਕੀ ਪੂਰਾ ਮੌਕਾ ਦਿੱਤਾ ਅਸਾਂ ਜਿਹੜੇ ਡਾਕੂ ਸੇ ਜਿਨ੍ਹਾਂ ਇੱਥੇ ਰਾਤੀ ਇੱਥੇ ਡਾਕਾ ਮਾਰਿਆ ਸਾ ਉਹਨਾਂ ਨਾਲ ਅਸਾਂ ਤਕਰੀਬਨ ਖੁਦ 15 થી 20 ਮਿੰਟ ਸਾੜੀ ਆਪਣੀ ਜ਼ਾਤੀ ਗੱਲਬਾਤ ਹੋਈ ਆ ਕਿਉਂਕਿ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਸੀ ਉਹਨਾਂ ਸਾਕੇ ਜੀ 2 ਵਜੇ ਪ੍ਰੈਸ ਕਾਨਫਰੰਸ ਹੋ ਸੀ ਪ੍ਰੈਸ ਕਾਨਫਰੰਸ ਦੀ ਬਾਤ ਸੋਣਾਂ ਕੋਲ ਇੰਟਰਵਿਊ ਨਹੀਂ ਸਕਨੇ ਹੋ ਹਾਲ ਬਤਾਂ ਸੋ ਜ਼ਾਤੀ ਸੀ ਇਤਨਾਲ ਸੋ ਜੇ ਤਾਂ ਉਹਨਾਂ ਕੋਲ ਕੋਈ ਸਵਾਲ ਪੁੱਛੀ ਸਕਨੇ ਹੋ ਫਿਰ ਕਿਉਂਕਿ ਇਹ ਜਿਹੜਾ ਸਵਾਲ ਸਾਏ ਸਾਡੇ ਇਲਾਕੇ ਨਾਲ ਸਾ ਔਰ ਇਹ ਜਿਹੜੇ ਮਾਮਲੇ ਸਾਡੇ ਇਲਾਕੇ ਨੇ ਸੇ ਔਰ ਮੁxtਲਿਫ ਕਿਸਮ ਦੇ ਸਵਾਲਾਤ ਮਾੜੇ ਦਿਮਾਗਾਂ ਚ ਵੀ ਚੱਲ ਆਇਆ ਸਵਾਲ ਸਕਤ ਸੋ ਇਥੇ ਇਹ ਜਗ੍ਹਾ ਕਿਸ ਨੇ منتخب ਕੀਤੀ ਆ ਉਸ ਨੇ ਜਵਾਬ ਨਾਏ ਕੱ ਔਰ ਇਹ ਇੱਕਦਰਾ ਇਨਾ ਵਿਜ਼ਿਟ ਕੀਤਾ ਇਥੋਂ ਡਡਿਆਲ ਗਏ ਆਪਣੇ ਕਿਸੇ ਮਾਮੂਨੀ ਕਾਰ ਆਣੀਦਾ ਫਿਰ ਉਹਨਾਂ ਜਲਾਏ ਵੇਹਾਨ ਇਲਾਕਾ ਤੱਕ ਜਾਂਦਾ ਉਹਨਾਂ ਨੇ ਦਮਗਾ ਚ ਜਗਾ ਬੇਗੀ ਸੀ ਅਪਰੂ ਨਾਲ ਉਹਨਾਂ ਕੋਲ ਮੈਂ ਇੱਕ ਗੱਲ ਪੁੱਛੀ ਕਿ ਇਹ ਜਿਹੜੇ ਦੇ ਕੀਤੀ ਜਿਸ ਤਰ੍ਹਾਂ ਉਹਨੇ ਕੀਤੀ ਇਥੇ ਡਾਕਾ ਮਾਰਿਆ ਨੇ ਉਹ ਕਿਸ ਟਾਈਮ ਆਇਆ ਉਸ ਬਾਈ ਦੇ ਦਿਹਾੜੀ ਹੋ ਗਏ ਔਰ ਇਹ ਨੱਕਾ ਜਸੂਗੀ ਉੱਪਰ ਦਸਨੇ ਆਣੇ ਕੇ ਅਸਾਂ ਦਿਹਾੜੀ ਨੱਕੇ ਉੱਪਰ ਬੈਠੇ ਰਹੇ ਆ ਪਲਾਨਿੰਗ ਕਰਨੇ ਰਹੇ ਆ ਸ਼ਾਮੀ ਅਸਾਂ ਨੀਚੇ ਟਲੇ ਆ ਔਰ ਉਸੇ ਬਾਅਦ ਕੋਈ ਇਹ ਕੋਈ ਪ੍ਰੋਫੈਸ਼ਨਲ ਤਾਂ ਆਖੀ ਸਕਨੇ ਹੋ ਕਿ ਨਾਨ ਪ੍ਰੋਫੈਸ਼ਨਲ ਵੀ ਆਖੀ ਸਕਨੇ ਹੋ ਕਿ ਸੁਕੇ 8:30 ਵਜੇ ਇਨਾ ਡਾਕਾ ਮਾਰਨੇ ਨਾ ਕੰਮ ਸ਼ੁਰੂ ਕਰੀ ਕਿੰਦਾ ਔਰ ਕਾਫੀ ਸਾਰੇ ਬੰਦਿਆਂ ਕੀ ਜਲਾ ਲੁੱਟ ਮਾਰ ਕੀਤੀ ਨੇ ਇੱਕ ਇੱਕ ਮੋਟਰਸਾਈਕਲ ਵਾਲੇ ਬੰਦੇ ਕੀ ਮਾਰਿਆ ਵੀ ਸਾਰੇ ਜਿਸਕੇ ਇੱਕ ਬੰਦੇ ਅਸਾਂ ਕੀ ਤਾ ਦੱਸਿਆ ਵੀ ਆ ਤੇ ਬਾਕੀ ਇਹ ਕਹਲੇ ਕਿ ਮੋਬਾਈਲ ਵਗੈਰਾ ਔਰ ਤਮਾਮ ਤਰ ਜਿਹੜਾ ਕੁਝ ਕਿੰਨੇ ਦਾ ਨਠੇ ਔਰ ਪੁਲਿਸ ਨੇ ਜਿਹੜੀ ਹੈ ਨਾ ਜਿਹੜਾ ਪੁਲਿਸ ਕੀ ਇਤਲਾ ਮਿਲੀ ਤਾਂ ਪੁਲਿਸ ਉਹਨਾਂ ਨੇ ਪਿਛਾ ਤੇ ਤਾਂ ਆਕੋ ਵੀ ਚਾਹੀ ਹੈ ਗੱਡੀ ਦਾ ਨੰਬਰ ਸਹੀ ਉਹਨਾਂ ਕੀ ਪਤਾ ਕੋ ਨਹੀਂ ਸਾ 609 ਦਾ 605 ਨੇ ਦਰਮਿਆਨੀ ਸੋਚ ਵਿੱਚ ਰਹੀ ਹੈ ਸੇ ਪੁਲਿਸ ਵਾਲੇ ਲੇਕਿਨ ਉਹਨਾਂ ਬਟਲੀ ਨੇ ਮਕਾਮ ਪਰ ਇਹ ਜਿਹੜਾ ਗੱਡੀ ਜਾਣੀ ਸੀ ਦਾ ਮਸ਼ਕੂਕ ਗੱਡੀ ਉਹਨੇ ਵਜ੍ਹਾ ਥੀ ਇਹ ਉਸਨੇ ਪਿਛਾ ਗਏ ਆਖਰ ਤੁਸੀਂ ਕੀ ਪਤਾ ਆ ਕਿ ਜਈ ਸਰਸਾਵਾ ਪੰਜੇੜੇ ਦੇ ਮੁਕਾਮਪੁਰਿਆ ਸਰਸਾਵੇ ਦੇ ਮੁਕਾਮ ਪਰ ਇਨਾ ਕੋਈ ਚਾਹੀਦਾ ਉਥਾ ਪਲੇ ਇਨਾ ਆਪਣੇ ਗ੍ਰਿਫਤਾਰੀ ਇਨਾ ਨਹੀਂ ਕਰੀ ਕਿੰਦੀ ਨੇ ਔਰ ਉਸਕੇ ਇਨਨੇ ਮੁਖਤਲਿਫ ਵੀਡੀਓ ਵੀ ਤਸ ਤਕੀਆਂ ਹੋਂ ਸੁਣ ਔਰ ਥਾਣੇ ਨੀਆਂ ਵੀਡੀਓ ਵੀ ਸੁਣਾ ਲਾ ਆ ਸਾ ਸ਼ੇਅਰ ਕੀਤੀਆਂ ਉਹਨਾਂ ਬਾਣੇ ਨਾਲ ਸੋ ਕਿ ਇਹ ਮਕਸਦ ਸਾ ਕਿ ਜਿਸ ਤਰ੍ਹਾਂ ਕੇ ਸਵੇਰਾ ਮੈਂ ਤਾਂ ਵੀਡੀਓ ਬਣਾਉਣਾ ਸਤਾ ਮਾਰੇ ਤਾਂ ਮਾਗੀ ਚੁ ਸੋਚਾਂ ਸੀ ਕਿ ਸ਼ਾਇਦ ਇਨੇ ਕਿਸੇ ਮਕਾਮੀ ਬੰਦੇ ਨਾਲ ਲੇਕਿਨ ਐਸਚਓ ਸਾਹਿਬ ਦਾ ਬੜਾ ਸ਼ੁਕਰੀਆ ਕਿ ਉਹਨਾਂ ਆਖਿਆ ਕਿ ਤੁਸੀਂ ਸੁਣੇ ਦਿਮਾਗ ਹੀ ਜੇਕਰ ਕੋਈ ਵੀ ਸਵਾਲ ਹੈ ਤਾਂ ਸਬ ਜ਼ਾਤੀ ਹਸੀਅਤ ਨਾਲ ਸੁਝਾਈ ਤਾਂ ਇਹਨਾਂ ਕੋਲ ਪੁੱਛੀ ਸਕਨੇ ਹੋ ਵੀਡੀਓ ਨਾ ਬਣਾਏ ਸਕੇ ਚੁਕਿ ਇਜਾਜ਼ਤ ਨਹੀਂ ਸੀ ਉਹਨਾਂ ਨੇ ਲੇਕਿਨ ਉਸਦੀ ਬਾਤ ਜਿਹੜੀ ਸੀ ਮਲਜ਼ਮਾਨ ਨਹੀਂ ਵੀਡੀਓ ਵਗਰਾ ਤਾਂ ਉਹ ਤਾਂ ਖੈਰ ਜਾਰੀ ਹੋਈ ਹੈ ਤੁਸੀਂ ਵੀ ਤੱਕੀ ਸਕਨੇ ਹੋ ਔਰ ਮੁxtਲਫ ਚੈਨਲਸ ਪਰ ਤੁਸੀਂ ਤੱਕੀ ਹੋ ਸੀ ਆਲਬਤਾ ਮਜ਼ੀਦ ਇੱਕ ਵਾਰ ਫਿਰ ਤੁਸੀਂ ਕੀ ਜਿਸ ਅਸੀਂ ਪਹਿਲੇ ਵੀ ਆਪਣੇ ਚੈਨਲ 'ਤੇ ਵਸਾਤ ਨਾਲ ਸੋਕੀ 22 ਸੀ ਕਿ ਇੱਕ ਦਾ ਕਲੀ ਕਿ ਬੱਚੇ ਚੋਰੀ ਹੋਨੇ ਇਸ ਤਰੀਕੇ ਨਾਲ ਇੱਕ ਲਾਜ਼ਮੀ ਨਹੀਂ ਕਿ ਉਹ ਗਰੋਹ ਮਨਜ਼ਮ ਸਾਡੇ ਇੱਥੇ ਮਕਾਮੀ ਕੋਈ ਬੰਦੇ ਵੀ ਇਸ ਚੀਜ਼ ਦਾ ਫਾਇਦਾ ਆਸਮਾਨੀ ਦੀ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਸੀ ਅਗਰ ਉਸ ਦੀ ਵੀਡੀਓ ਪਸੰਦ ਆਈ ਤਾਂ ਇਸ ਕੀ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਹਰ ਕਿਸ ਨਾ ਭੁਲਾਏ ਅਗਰ ਇਸ ਤਿਕਨ ਇਨਸ਼ਾ ਅੱਲਾ ਕੋਈ ਵੀ ਵਾਕਿਆ ਹੋਣਾ ਦਾ ਅਸਰ ਸੁਣਨ ਜ਼ਰੂਰ ਸ਼ੇਅਰ ਕਰਸਾ ਸਾਡੀ ਸਪੋਰਟ ਸੋ ਜਾਰੀ ਰਖਸਾ ਅੱਲਾ ਸੁਣਨ ਵਾਲਾ ਹੈ ਤਕਰੀਬ ਮੈਂ ਵੈਲਕਮ ਕਰਤਾ ਹੂੰ ਜਿਸਾ ਕਿ ਐਸ ਐਚ ਓ ਸਿਟੀ ਨੇ ਐਸੇ ਬਤਾਈ ਹੈ ਲੇਕਿਨ इसकी कुछ तफसील ज्यादा है जो मैं आपको खुशगुजार करना चाहता हूँ कल तकरीबन रात को साढ़े आठ बजे हाजियाबाद के मकाम पे तीन डाकू ने मसल्ला हालत में रोड को ब्लॉक करके तमाम आने जाने वाले शहरों को बड़ा बेदर्दी से लूटा और उनको खुफो हरास में मुतला करके रखा उन सब की चाबियां छीन के अपने पास उनको बेबस कर दिया कि वो वहां से किसी और इन्होंने ये एक दिन पहले यहां आके शायद तीन दिन पहले की बात है कि इन्होंने पूरी रखी रखी करने के बाद इन्होंने अपने रूट का तय किया किस जगह पे हम आसानी से वारदात करके कामयाब हो सकते हैं इनके जहन में यह था कि हम जब भागेंगे किसी जगह पे गाड़ी छोड़ के हम आगे पीछे हो जाएंगे फिर एक एक हो जाएंगे और फिर गठे तो दो दो जोड़े कपड़े भी पहने थे इसलिए कि इनका जो सबूत है देखने वाले जो बंदे जिनको इन्होंने लूटा वो कहेंगे जी वो काले कपड़े पहने हुए थे वो नीले पहने हुए थे तो वो होलिया ही नया मतलब ड्रेस जो अंदर पहना हुआ था वो निकाल देता तो इस तरह इनकी होलिया नहीं शिनाख्त हो तो सकता था उस वक्त तो काले कपड़े पहने हुए थे और अभी नीले पहने हुए तो इस हवाले से मैं ये कह रहा हूं कि अल्लाह ने हमारे ऊपर बड़ा कर्म किया और आप लोगों की मेहरबानी आप लोगों के तावन से क्योंकि वहां न्यूज़ श्रोता